लो जी, स्वागत है ठाडा अज नवे ब्लॉग च। टायर तो आप चेंज करते सीगे इहदे, ते इक इहदा हुण सिस्टम दे विच जिहड़े थरड़े बूफर आ इहनां च थोड़ी जी प्रॉब्लम आउंदी आ। जिहड़ा मोनो आ उह च पाणी पै गया ते उह हो गया आ खराब आपणा। ते आपां हुण इहदे च अज नवां एम्प लाउणा आ। एम्प आपां ले आंदा आ हेमन दा, ते आपां नूं जलंधरों लैके आए हैं गुरु नानक वालियां दे। ते आपां नूं पिया 7000 दा, ते अज आपां इहनूं लाउने आ। ते पहलां आपणे लगा आ शिकागो दा, ते उह आपां हुण ला देणा आ। ते थानूं दिखाउने आ किद्दां किद्दां करदे आ। ते आपणे अज जिहड़े आ उपरले दो बूफर आ इही चलण डए आ, ते थलड़े आपणे होयो आ बंद। ते हुण आपां थानू चला के दिखाने, उत्तले दो चालन डे आ ते दो अपने हैगे बंद, तां करके आपां अज मोनो चेंज करना। ਥੋੜ੍ਹੀਆਂ ਤਾਰਾਂ ਹੁਣ ਪਾਵਰ ਵਾਲੀਆਂ ਰਹਿ ਗਈਆਂ ਜੀ, ਉਹ ਹੁਣ ਆਪਾਂ ਲਾ ਲੈਂਦੇ ਹਾਂ। ਫਿਰ ਐਂਪ ਲਾਉਂਦੇ ਹਾਂ ਆਪਾਂ ਬਈ। ਗਾਇਆ ਸੀ ਇਹਦੇ 'ਚ ਸ਼ਿਕਾਗੋ ਦਾ ਗੋਲਡਨ ਸੀਰੀ 999, ਇਹਦੀ ਹੁਣ ਹੋ ਗਈ ਆ ਆਪਣੇ ਐਂਪ ਦੀ ਬੱਸ। ਅਤੇ ਦੇਖ ਸਕਦੇ ਹਾਂ ਕਿੱਦਾਂ ਹਾਲ ਹੋਇਆ ਇਹਦਾ। ਅਤੇ ਹੁਣ ਆਪਾਂ ਇਹਨੂੰ ਕਰ ਦੇਣਾ ਚੇਂਜ, ਅਤੇ ਇਹਦੇ ਥੈਂ 'ਤੇ ਲਾਉਂਦੇ ਹਾਂ ਅੱਜ ਹੈਮਨ ਦਾ 1000। ਅਤੇ ਉਹ ਵੀ ਦਿਖਾਉਂਦੇ ਤੁਹਾਨੂੰ ਕਿੱਦਾਂ ਲੱਗਦਾ, ਤਾਂ ਫਿਰ ਤੁਹਾਨੂੰ ਚੱਲਦੇ ਦਿਖਾਉਂਦੇ ਹਾਂ ਕਿੱਦਾਂ ਚੱਲਦੇ ਆ ਇਹ। ਆਹ ਹੁਣ ਆਪਣਾ ਹੈਮਨ ਦਾ ਐਂਪ ਕਸ ਹੋਣ ਡਿਆ। ਪਹਿਲਾਂ ਗੱਬੇ ਸੀਗਾ ਸ਼ਿਕਾਗੋ ਦਾ, ਅਤੇ ਇਸ ਕਰਕੇ ਹੈਮਨ ਦੀ ਗੱਬੇ ਸੈਟਿੰਗ ਨਹੀਂ ਹੈ, ਇਸ ਕਰਕੇ ਹੈਮਨ ਦਾ ਲਾਇਆ ਸਾਈਡ 'ਤੇ, ਗੱਬੇ ਲਾਇਆ 4 ਚੈਨਲ। ਆਹ ਪਹਿਲਾ ਐਂਪ ਆ ਜੀ ਆਪਣਾ, ਆਹ ਦੇਖੋ ਕਸ ਹੋਣ ਡਿਆ ਆ। ਆਹ ਸਾਡਾ ਬੰਦਾ ਕੱਸਣ ਵਾਲਾ, ਅਤੇ ਐਂਪ ਤਾਂ ਹੁਣ ਹੋ ਗਿਆ ਆਪਣਾ ਕਸ। ਅਤੇ ਹੁਣ ਆਪਾਂ ਤਾਰਾਂ ਤੂਰਾਂ ਪਾ ਕੇ, ਅਤੇ ਲੀਡਾਂ ਤਾਂ ਇਹਨੂੰ ਦਿੱਤੀਆਂ ਆ, ਲੀਡਾਂ ਲਾ ਕੇ ਅਤੇ ਤਾਰਾਂ ਪਾ ਕੇ, ਅਤੇ ਹੁਣ ਤੁਹਾਨੂੰ ਆਪਾਂ ਕਰਾਉਂਦੇ ਹਾਂ ਚੈੱਕ ਲਾ ਕੇ ਵੀ ਕੀ ਕਹਿੰਦਾ ਆ ਇਹ। ਵਧੀਆ ਵੱਜਦਾ ਉਹਦੇ ਨਾਲੋਂ, ਮਾੜਾ ਵੱਜਦਾ ਦਿਖਾਉਂਦੇ ਹਾਂ ਤੁਹਾਨੂੰ। ਹਾਂਜੀ, ਅਤੇ ਬੂਫਰ ਆਪਣੇ ਹੁਣ ਹੈਗੇ ਆ ਚੱਲ ਪਏ, ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਚਲਾ ਕੇ ਵੀ ਕਿੱਦਾਂ ਵੱਜਣ ਡਏ ਆ। ਅਤੇ ਦੇਖਦੇ ਹਾਂ ਹੁਣ ਕੀ ਪਰਫੋਰਮੈਂਸ ਆਉਂਦੀ ਆ ਉਹਦੇ। ਉਹ ਵਧੀਆ ਵੱਜਦਾ ਸੀ ਕਿ ਵਧੀਆ ਵੱਜਦਾ। ਆਪਾਂ ਹੋਰ ਕਰਨੀ ਹੈ ਇਹਦੇ 'ਚ ਐਡ, ਜਿੱਦਾਂ ਹੁਣ ਆਹ ਪੂਰਾ ਪਟਾ ਘੁੰਮਿਆ ਛਤਰੀ 'ਚ, ਅਤੇ ਇਹਨੂੰ ਆਪਾਂ ਬੇਸ 'ਤੇ ਕਨੈਕਟ ਕਰ ਦੇਣਾ। ਜਿੱਦਾਂ ਜਿੱਦਾਂ ਬੂਫਰਾਂ ਦੀ ਬੇਸ ਚੱਲਣੀ ਆ ਉਸ ਹਿਸਾਬ ਨਾਲ ਲਾਈਟ ਜਗੂਗੀ, ਜਿੱਦਾਂ ਜਿੱਦਾਂ ਬੇਸ ਵੱਜਣੀ ਆ ਨਾਲ ਨਾਲ ਲਾਈਟ ਵਧੂ ਘਟੂਗੀ। ਇਹ ਵੀ ਹੁਣ ਤੁਹਾਨੂੰ ਆਪਾਂ ਕਰਕੇ ਦਿਖਾਉਂਦੇ ਹਾਂ ਵੀ ਕਿੱਦਾਂ ਕਨੈਕਟ ਕਰਨਾ ਆ ਬੂਫਰ ਨਾਲ, ਅਤੇ ਦੇਖਦੇ ਹਾਂ ਕੀ ਬਣਦਾ ਹੁਣ। ਆਹ ਲਾਈਟ ਦੀ ਜਿਹੜੀ ਤਾਰ ਆਉਂਦੀ ਆ ਆਪਾਂ ਇੱਥੋਂ ਟਾਂਕਾ ਲਾ ਕੇ, ਅਤੇ ਸਿੱਧਾ ਨਾ ਇਹਨੂੰ ਜਿੱਥੇ
ਬੂਫਰਾਂ ਦੀਆਂ ਤਾਰਾਂ ਲੱਗਦੀਆਂ ਆਪਣੀਆਂ ਪਲੱਸ ਮਾਈਨਸ, ਉੱਥੇ ਇੱਕ ਨੂੰ ਪਲੱਸ ਦਿੱਤਾ ਆ ਅਤੇ ਇੱਕ ਨੂੰ ਮਾਈਨਸ ਦਿੱਤਾ ਆ, ਅਤੇ ਬਸ ਸਿੱਧੀਆਂ ਉਹਨਾਂ ਅਟੈਚ ਕੀਤੀਆਂ ਆ, ਅਤੇ ਜਿੱਦਾਂ ਜਿੱਦਾਂ ਹੁਣ ਬੇਸ ਵਧਣੀ ਆ ਉਸ ਹਿਸਾਬ ਨਾਲ ਇਹ ਲਾਈਟਾਂ ਜਗਣੀਆਂ ਆ, ਅਤੇ ਇਹ ਵੀ ਹੁਣ ਆਪਾਂ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਵੀ ਜਿੱਦਾਂ ਹੁਣ ਕੀ ਕਹਿੰਦਾ ਆ ਇਹ, ਅਤੇ ਜਿੱਥੇ ਪਲੱਸ ਅਤੇ ਮਾਈਨਸ ਆ ਉੱਥੇ ਇੱਕ 'ਚ ਪਲੱਸ ਦੇ ਦੇਣਾ ਅਤੇ ਇੱਕ 'ਚ ਮਾਈਨਸ ਦੇ ਦੇਣਾ। ਬਸ ਜੇ ਸਿੱਧੀਆਂ ਲਾਉਣੀਆਂ ਤੁਸੀਂ ਸਿੱਧੀਆਂ ਵੀ ਲਾ ਸਕਦੇ ਹਾਂ, ਅਸੀਂ ਇਹ ਤਾਂ ਲਾਇਆ ਆ ਵੀ ਜੇ ਆਪਾਂ ਨੂੰ ਲੋੜ ਵਾ ਤਾਂ ਜਗਾਈਏ, ਜੇ ਨਹੀਂ ਲੋੜ ਤਾਂ ਆਪਾਂ ਇਹਨੂੰ ਰਿਮੂਵ ਕਰ ਸਕਦੇ ਹਾਂ, ਇਹਨੂੰ ਇੱਥੋਂ ਨਿਕਲ ਜਾਂਦਾ ਲੋਕ ਖੋਲ੍ਹ ਕੇ, ਅਤੇ ਤਾਂ ਕਰਕੇ ਆਪਾਂ ਇੱਦਾਂ ਇਹਨੂੰ ਲਾ ਦਿੱਤਾ ਆ, ਅਤੇ ਹੁਣ ਆਪਾਂ ਤੁਹਾਨੂੰ ਇਹ ਵੀ ਚਲਾ ਕੇ ਦਿਖਾਉਂਦੇ ਹਾਂ। ਲਓ ਜੀ, ਅੱਜ ਦਾ ਬਲੌਗ ਆਪਾਂ ਹੁਣ ਇੱਥੇ ਹੀ ਕਰਦੇ ਹਾਂ ਸਮਾਪਤ, ਅਤੇ ਆਪਣੇ ਅੱਜ ਬੂਫਰ ਵੀ ਚੱਲ ਪਏ ਅਤੇ ਆਪਾਂ ਛਤਰੀ 'ਚ ਲਾਈਟਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਕਿੱਦਾਂ ਲੱਗਦੀਆਂ ਆ, ਬੇਸ ਦੇ ਨਾਲ ਕਨੈਕਟ ਹੋਣੀਆਂ ਆ, ਅਤੇ ਮਿਲਦੇ ਹਾਂ ਹੁਣ ਅਗਲੇ ਬਲੌਗ 'ਚ।